ਜਿਸ ਵੇਲੇ ਸਹਿਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚ ਵਿਰਾਜਮਾਨ ਨੇ, ਉਹਨਾਂ ਦੇ ਘਰੋਂ ਮਾਤਾ ਜੀਤਾ ਜੀ ਗੁਰੂ ਸਾਹਿਬ ਦੇ ਨਾਲ ਕੁਝ ਗੱਲਾਂ ਕਰਦੇ ਨੇ ਕਿ ਮੈਂ ਬੱਚਿਆਂ ਦਾ ਵਿਆਹ ਕਰਨਾ ਚਾਹੁੰਦੀ ਹਾਂ ਕਿ ਬੱਚੇ ਜਵਾਨ ਹੋ ਗਏ ਨੇ। ਗੁਰੂ ਸਾਹਿਬ ਮਾਤਾ ਜੀ ਨੂੰ ਫਰਮਾਉਂਦੇ ਨੇ ਕਿ ਮੈਂ ਬੱਚਿਆਂ ਦਾ ਵਿਆਹ ਤਾਂ ਜ਼ਰੂਰ ਕਰਨਾ ਪਰ ਕਰਨਾ ਮੌਤ ਦੇ ਨਾਲ। ਇੰਨੀ ਗੱਲ ਸੁਣ ਕੇ ਮਾਤਾ ਜੀਤਾ ਜੀ ਰੋਣ ਲੱਗ ਜਾਂਦੇ ਨੇ। ਉਸ ਵੇਲੇ ਦੇ ਕੁਝ ਸ਼ਾਇਰ ਦੇ ਖਿਆਲਾਤ ਪੇਸ਼ ਕਰ ਰਹੇ ਹਾਂ, ਲਓ ਜਰਾ ਗੌਰ ਕਰਨਾ। ਤਲਵਾਰਾਂ ਵਿੱਚ
ਪੁੱਤਰਾਂ ਦੀ ਹੋਣੇ ਨੇ ਸ਼ਹੀਦ ਪਾਣੀ ਵਾਰੀ।